ਕੰਕਰੀਟ ਦੀ ਛੱਤ ਨੂੰ ਹਰੇ ਮੈਦਾਨ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਹੈ। ਤਾਜ਼ੀਆਂ ਸਬਜ਼ੀਆਂ ਜਿਵੇਂ ਕਿ ਟਮਾਟਰ, ਪਾਲਕ, ਧਨੀਆ ਪੱਤੀ ਅਤੇ ਹਰੀ ਮਿਰਚ ਦੀਆਂ ਕਈ ਕਿਸਮਾਂ ਇੱਥੇ ਉਗਾਈਆਂ ਜਾ ਰਹੀਆਂ ਨੇ। ਪੂਰੀ ਛੱਤ ਬਾਜ਼ਾਰ ਵਿੱਚ ਉਪਲਬਧ ਕਰੀਬ ਸਾਰੀਆਂ ਹੀ ਸਬਜ਼ੀਆਂ ਨਾਲ ਭਰੀ ਹੋਈ ਹੈ। ਉੜੀਸਾ ਦੇ ਭੁਵਨੇਸ਼ਵਰ ਦੇ ਇੱਕ ਖੇਤੀ ਖੋਜਕਰਤਾ ਸੁਬ੍ਰਤ ਮੋਹੰਤੀ ਨੇ ਕੰਕਰੀਟ ਦੀ ਛੱਤ ਉੱਤੇ ਸਬਜ਼ੀਆਂ ਦੀ ਸਫਲਤਾਪੂਰਵਕ ਖੇਤੀ ਕੀਤੀ ਹੈ। ਸ਼ਹਿਰ ਵਿੱਚ ਗਗਨਚੁੰਬੀ ਇਮਾਰਤਾਂ ਅਤੇ ਤੇਜ਼ੀ ਨਾਲ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਜ਼ਮੀਨ ਦਾ ਇੱਕ ਟੁਕੜਾ ਮਿਲਣਾ ਵੀ ਮੁਸ਼ਕਲ ਹੈ। ਇਸ ਸਥਿਤੀ ਵਿੱਚ ਸੁਬ੍ਰਤ ਬਿਨਾਂ ਮਿੱਟੀ ਦੇ ਖੇਤ ਦੀਆਂ ਸਬਜ਼ੀਆਂ ਦੀ ਖੇਤੀ ਕਰ ਨਵੀਂ ਸੰਭਾਵਨਾਵਾਂ ਦਾ ਪ੍ਰਦਰਸ਼ਨ ਕਰਨ ਵਿੱਚ ਸਮਰੱਥ ਹਨ। ਉਹ ਦੂਜਿਆਂ ਲਈ ਪ੍ਰੇਰਣਾ ਦਾ ਸਰੋਤ ਵੀ ਨੇ। ਆਓ ਹੁਣ ਜਾਣਦੇ ਹਾਂ ਕਿ ਇਸ ਤਰ੍ਹਾਂ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ GI ਪਾਈਪ ਦਾ ਸੈਟਅਪ ਤਿਆਰ ਕੀਤਾ ਜਾਂਦਾ ਹੈ ਅਤੇ ਉਸ ਵਿੱਚ ਛੇਦ ਕੀਤੇ ਜਾਂਦੇ ਨੇ। ਮਿੱਟੀ ਦੇ ਵਿਕਲਪ ਦੇ ਤੌਰ 'ਤੇ ਕੋਕੇ ਟੋਏ ਵਿੱਚ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਏ ਜਾਂਦੇ ਨੇ। ਇਸ ਤਰ੍ਹਾਂ ਦੀ ਖੇਤੀ ਨੂੰ ਹਾਈਡ੍ਰੋਪੋਨਿਕ ਕਾਸ਼ਤ ਕਿਹਾ ਜਾਂਦਾ ਹੈ। ਅਜਿਹੀਆਂ ਬੂਟੀਆਂ ਲਈ ਬਹੁਤ ਘੱਟ ਮਾਤਰਾ ਵਿੱਚ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪਾਣੀ ਵਿੱਚ ਵਿਟਾਮਿਨ ਮਿਲਾ ਕੇ ਕਾਸ਼ਤ ਕੀਤੀ ਜਾਂਦੀ ਹੈ। ਸੁਬ੍ਰਤ ਦਾ ਕਹਿਣਾ ਹੈ ਕਿ ਇਸ ਕਿਸਮ ਦੀ ਖੇਤੀ ਕਰਨ ਲਈ ਉਹਨਾਂ ਨੇ ਯੂਟਿਊਬ ਦੀ ਮਦਦ ਲਈ। ପ୍ରକାର ପନିପରିବା ମୁଁ ଆଧାରରେ ଚାଷ କରିକି ସକ୍ସେସଫୁଲି ଗ୍ରୋ କରି ସାରିଲିଣି। ଶାଗ ସବୁ ପ୍ରକାର ଅଲମୋଷ୍ଟ କହିଲେ ଚଳିବ। ମୁଁ ଏହି ବିଧି ତୋ ବକ୍ ତରହ ଦିଆ ସବ୍ଜିଆଁ ଦି କାଶତ କରକେ ସଫଲତା ହାସଲ କୀତି ହୈ। ਮੈਂ ਪਾਲਕ, ਧਨੀਆ ਅਤੇ ਪੱਤੇਦਾਰ ਸਬਜ਼ੀਆਂ ਜਿਵੇਂ ਕੁਸ਼ਾਲਾ ਦੀ ਖੇਤੀ ਕੀਤੀ ਹੈ। ਮੈਂ ਸਾਰੀ ਤਰ੍ਹਾਂ ਦੀ ਫੁੱਲ ਗੋਭੀ ਅਤੇ ਗੋਭੀ ਅਤੇ ਟਮਾਟਰ ਦੀ ਤਿੰਨ ਕਿਸਮਾਂ ਦੀ ਖੇਤੀ ਕੀਤੀ ਹੈ। ਇਸ ਤਰ੍ਹਾਂ ਦੀ ਖੇਤੀ ਕਰਨ ਦਾ ਵਿਸ਼ੇਸ਼ ਤਰੀਕਾ ਹੈ। ਇਸ ਵਿਧੀ ਵਿੱਚ ਕੋਕੋਪਿਟ ਦੀ ਮਦਦ ਨਾਲ ਖੇਤੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਖੇਤੀ ਕਰਨ ਦੇ ਲਈ ਜ਼ਰੂਰੀ ਸਮੱਗਰੀ ਉੜੀਸਾ ਵਿੱਚ ਉਪਲਬਧ ਨਹੀਂ ਹੈ। ਮੈਨੂੰ ਇਸ ਸੂਬੇ ਦੇ ਬਾਹਰ ਜਾ ਕੇ ਲਿਆਉਣੀ ਪੈਂਦੀ ਹੈ। ଚାଷ କରିନା ଦେଖୁଛୁ, କରୁଛୁ, ପାଣି ଦେଉଛୁ, ସବୁ କରୁଛୁ, କିନ୍ତୁ ନୂଆ ଜିନିଷ ଗୋଟେ ତ। ਇਸ ਵਿਧੀ ਦੀ ਖੇਤੀ ਸਿੱਖਣ ਦੇ ਨਾਲ ਨਾਲ ਅਸੀਂ ਪੌਦੇ ਲਗਾਉਣ ਦਾ ਵੀ ਖਾਸ ਧਿਆਨ ਰੱਖ ਰਹੇ ਹਾਂ। ਖੇਤੀ ਦੀ ਇਸ ਨਵੀਂ ਵਿਧੀ ਨੂੰ ਕਰਨ ਨਾਲ ਸਾਨੂੰ ਬਹੁਤ ਆਨੰਦ ਮਿਲਦਾ ਹੈ। ਖੇਤੀ ਬਿਨਾਂ ਮਿੱਟੀ ਦੇ ਕੀਤੀ ਜਾਂਦੀ ਹੈ। ਪਾਲਕ ਅਤੇ ਸੇਮ ਵਰਗੀਆਂ ਕਈ ਹਰੀ ਸਬਜ਼ੀਆਂ ਇੱਥੇ ਉਗਾਈਆਂ ਜਾਂਦੀਆਂ ਹਨ। ਇਸ ਵਿਧੀ ਨੂੰ ਸਿੱਖਣ ਤੋਂ ਬਾਅਦ ਕਈ ਲੋਕ ਛੱਤ ਉੱਤੇ ਸਬਜ਼ੀਆਂ ਉਗਾ ਰਹੇ ਨੇ। ਸੁਬ੍ਰਤ ਹੀ ਨਹੀਂ ਬਲਕਿ ਓਡੀਸ਼ਾ ਦੀ ਰਾਜਧਾਨੀ ਦੇ ਕਰੀਬ 10 ਤੋਂ 12 ਹੋਰ ਪਰਿਵਾਰਾਂ ਨੇ ਛੱਤ ਉੱਤੇ ਖੇਤੀ ਕਰਨ ਦੇ ਲਈ ਇਸ ਢੰਗ ਨੂੰ ਅਪਣਾਇਆ ਹੈ। ਭੁਵਨੇਸ਼ਵਰ ਦੇ ਇਹ ਲੋਕ ਘੱਟ ਲਾਗਤ ਵਿੱਚ ਹਰੀਆਂ ਸਬਜ਼ੀਆਂ ਦੀ ਖੇਤੀ ਕਰਨ ਦੇ ਨਾਲ ਨਾਲ ਆਪਣੇ ਘਰ ਦੀ ਛੱਤ ਦੀ ਸੁੰਦਰਤਾ ਨੂੰ ਵੀ ਵਧਾ ਰਹੇ ਨੇ। ਇੱਥੋਂ ਤੱਕ ਕਿ ਔਰਤਾਂ ਨੇ ਵੀ ਇਹ ਤਰੀਕਾ ਅਪਣਾਇਆ ਹੈ ਅਤੇ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦੀ ਖੇਤੀ ਕਰ ਰਹੀਆਂ ਨੇ। ਇਹਨਾਂ ਵਿੱਚੋਂ ਇੱਕ ਬਿੰਦੂ ਲਤਾ ਨਾਇਕ ਹੈ। ਇਸ ਖੇਤੀ ਨੂੰ ਕਰਨ ਦੇ ਲਈ ਪ੍ਰੋਪਾਈਟਰਸ, ਮਾਈਕਰੋ ਵਿਟਾਮਿਨ ਅਤੇ ਕੋਕੋਪਿਟਸ ਵਰਗੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਹਾਲਾਂਕਿ ਇਹ ਸਮੱਗਰੀ ਸੂਬੇ ਵਿੱਚ ਉਪਲਬਧ ਨਹੀਂ ਹੈ। ମୁଁ ତ ସେମିତି ଚାଷ ଏଇ ମାଟି ଖତରେ ଛାତ ଉପରେ କରେ। ତାପରେ ପୁଅମାନେ ସେ ବାହାରକୁ ଯାଇଛି, ପୁଅ ବି ନିଜେ କରିଛି, ତେଣୁ ସେ ତାଙ୍କ ଘରେ ଯାଇକି ମୁଁ ଦେଖିଲି। ପହିଲା ମୁଁ ଖାଦ ଦି ବରତୋଁ କର ମିଟି ବିଚ ଖେତୀ କର ରହୀ ସି। ଖେତୀ ଦି ଇସ ନଵୀଂ ତକନିକ ନୁ ଦେଖନ ତୋ ବାଦ ମୈନୁ ଇସ ବିଚ ଦିଲଚସ୍ପୀ ହୋଈ। ହୁଣ ମୈଂ ଇସ ବିଧି ନାଲ ଖେତୀ କର ରହୀ ହାଁ ଅତେ ଚੰଗୀ ଫସଲ ପ୍ରାପ୍ତ କର ରହୀ ହାଁ। ଖରାପ ନାହିଁ ଆଉ ପାଣିରେ ଭଲ ଗ୍ରୋ କରୁଛି ଆଉ। ମୌଜୁଦା ସମୟ ବିଚ ସୁବ୍ରତ ଦି SKM ହାଇଡ୍ରୋପୋନିକ ପ୍ରୋପାଇଟର କମ୍ପାନୀ ଇସ ତରହ ଦି ଖେତୀ କରନ ଲାଗି ହର ତରହ ଦି ମଦଦ ଦେ ରହୀ ହୈ। ਸੁਬ੍ਰਤ ਮੋਹੰਤੀ ਦਾ ਮੂਲ ਉਦੇਸ਼ ਇਸ ਪ੍ਰਕਾਰ ਦੀ ਖੇਤੀ ਨੂੰ ਨਾ ਸਿਰਫ ਕਸਬੇ ਬਲਕਿ ਪੇਂਡੂ ਖੇਤਰਾਂ ਵਿੱਚ ਵੀ ਪ੍ਰਸਿੱਧ ਬਣਾਉਣਾ ਹੈ, ਕਿਉਂਕਿ ਇਹ ਮਿੱਟੀ ਦੀ ਮਦਦ ਤੋਂ ਬਿਨਾਂ ਘੱਟ ਲਾਗਤ ਵਿੱਚ ਕੀਤੀ ਜਾਂਦੀ ਹੈ। ਬਿਊਰੋ ਰਿਪੋਰਟ, ETV ਭਾਰਤ।